जिथे अज संयुक्त किसान मोर्चे दे वलों दुकाना खुलवाउण दी कॉल दित्ती गई सी उत्थे ही उन्हां दे वलों अज जाके दुकानदारां दा साथ दित्ता गया ते दुकाना वी खुलवाईआं गईआं ते प्रदर्शन वी कीता गया। उत्थे पटियाला दी जेकर गल करिए तां पटियाला दे विच किसानां अते वपारी वर्ग दे वलों दुकानदारां दे हक विच प्रदर्शन कीता गया अते दुकानदारां नूं किसानां दे वलों भरोसा दवाया गया कि किसान हमेशा उन्हां दे नाल खड़े ने। आओ जानदे इस मौके किसान आगूआं ने की कहा। ਕੀ ਕਹਿਣਾ ਚਾਹੋਗੇ? ਦੇਖੋ ਜੀ, ਸੰਯੁਕਤ ਮੋਰਚੇ ਵੱਲੋਂ ਕਾਲ ਆ ਸਾਡਾ, ਜਿੰਨਾ ਪਿੰਡ ਦਾ ਕਿਸਾਨ ਜਿਹਨੂੰ ਜਿੰਨੇ ਵੀ ਮੈਂਬਰ ਨੁਮਾਇੰਦੇ ਨੇ ਸਾਰੇ ਬਹੁਤ ਖੁਸ਼ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਵਿਚਾਰੇ ਛੋਟੇ ਦੁਕਾਨਦਾਰਾਂ ਨੇ ਉਹ ਬਹੁਤ ਮੁਸ਼ਕਲਾਂ ਨੇ, ਕਿਉਂਕਿ ਸਰਕਾਰ ਨੇ ਕਹਿ ਦਿੱਤਾ ਵੀ ਗੈਰ ਜ਼ਰੂਰੀ ਚੀਜ਼ ਦੁਕਾਨਾਂ ਜਾਂ ਨਾ ਗੈਰ ਜ਼ਰੂਰੀ ਦੁਕਾਨਾਂ, ਸਾਨੂੰ ਤਾਂ ਨਹੀਂ ਸਮਝ ਕਿਹੜੀਆਂ ਨਾ ਜ਼ਰੂਰੀ ਦੁਕਾਨਾਂ ਨੇ ਅਤੇ ਕਿਹੜੀਆਂ ਖੁੱਲ੍ਹਣੀਆਂ ਚਾਹੀਦੀਆਂ ਨੇ, ਕਿਹੜੀਆਂ ਨਹੀਂ ਖੁੱਲ੍ਹਣੀਆਂ ਚਾਹੀਦੀਆਂ। ਸੋ ਜਿਹੜੇ ਵਿਚਾਰੇ ਛੋਟੇ ਦੁਕਾਨਦਾਰ ਨੇ ਉਹਨਾਂ ਨੇ ਆਪਣੇ ਪਰਿਵਾਰ ਪਾਲਣੇ, ਉਹਨਾਂ ਨੂੰ ਪਰਿਵਾਰ ਪਾਲਣੇ ਜ਼ਰੂਰੀ ਨਹੀਂ ਹੈਗੇ, ਕਿਤੇ ਨਾ ਕਿਤੇ ਸਾਰੇ ਲੋਕਾਂ ਨੂੰ ਜਾਂ ਜਿਹੜੇ ਵਿਚਾਰੇ ਦਿਹਾੜੀਦਾਰ ਲੋਕ ਨੇ ਉਹਨਾਂ ਨੇ ਜਿਹਨਾਂ ਨੇ ਰੋਜ਼ ਦਿਹਾੜੀ ਕਰਕੇ ਆਪਣਾ ਸੌਦਾ ਪੱਤਾ ਲੈਣਾ, ਉਹ ਦੱਸੋ ਕਿੱਥੇ ਜਾਣਗੇ? ਜਿਹੜੇ ਸਰਕਾਰਾਂ ਨੇ ਪਹਿਲਾਂ ਤਾਂ ਅਸੀਂ ਸਾਨੂੰ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ, ਅਸੀਂ ਉਹਨਾਂ ਸਾਡੀਆਂ ਸਰਕਾਰਾਂ ਦੇ ਗੁਲਾਮ ਹੋ ਗਏ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਲੱਗਦਾ ਜਦ ਤਾਂ ਵੋਟ ਆ ਜਾਂਦੇ ਵੋਟ ਚਾਹੀਦੇ, ਜਦੋਂ ਆਮ ਲੋਕ ਐਡੀਆਂ ਐਡੀਆਂ ਸਰਕਾਰਾਂ ਚੁਣ ਸਕਦੇ ਨੇ ਉਸ ਟਾਈਮ ਵੋਟਾਂ ਦੀ ਕਦਰ ਹੁੰਦੀ ਹੈ ਜੀ, ਆਮ ਲੋਕ ਨੂੰ ਕਿਹਾ ਜਾਂਦਾ ਜੀ ਹਾਂ ਪਬਲਿਕ ਆਮ ਆਊਗਾ, ਬਥੇਰੀਆਂ ਉਹ ਕਰੀਆਂ ਜਾਂਦੀਆਂ ਨੇ। ਪਰ ਦੂਜੇ ਪਾਸੇ ਜਿਹੜੇ ਜਿਹੜੇ ਇਹੋ ਜਿਹੇ ਕਾਨੂੰਨ ਜਿਹੋ ਜਿਹੇ ਥੋਪੇ ਜਾਂਦੇ ਨੇ ਵੀ ਆਹ ਕਾਲੇ ਕਾਨੂੰਨ ਨੇ ਜੀ ਜਾਂ ਆਹ ਕਰੋਨਾ ਹੋ ਗਿਆ ਜੀ ਆਪਾਂ ਇਹ ਕਰ ਦਿਉ, ਇਹ ਗਲਤ ਚੀਜ਼ਾਂ ਨੇ, ਇਹ ਆਮ ਲੋਕਾਂ ਪਈ ਛੱਡਣਾ ਚਾਹੀਦਾ। ਜੇ ਆਮ ਲੋਕਾਂ ਨੂੰ ਲੱਗੂ ਕਿ ਸਾਨੂੰ ਕਰੋਨਾ ਦਾ ਖਤਰਾ ਜਾਂ ਕਿਸੇ ਬਿਮਾਰੀ ਦਾ ਖਤਰਾ, ਉਹ ਆਪਣੇ ਆਪ ਡਿਸਾਈਡ ਕਰਨ, ਆਪਣੇ ਆਪ ਗਾਈਡਲਾਈਨਾਂ ਕਰਨ, ਉਹ ਆਪ ਆਪਣੇ ਆਪ ਤੋਂ ਪਰਹੇਜ਼ ਕਰਨਗੇ। ਸੋ ਅਸੀਂ ਜਿੱਥੇ ਤੱਕ ਹੋ ਸਕੇ ਜਿੰਨੇ ਵੀ ਛੋਟੇ ਵਪਾਰੀ ਜਾਂ ਵੱਡੇ ਹੋਣੇ ਇਹਨਾਂ ਦਾ ਪੂਰਾ ਸਮਰਥਨ ਦੇਵਾਂਗੇ, ਪੂਰੀਆਂ ਦੁਕਾਨਾਂ ਖੁਲਾਵਾਂਗੇ ਜਿਵੇਂ ਸਾਨੂੰ ਕਿਹਾ ਹੋਵੇ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨ ਆਰ ਆਈ।